ਕਿਸਾਨ ਅੰਦੋਲਨ ਨੂੰ ਕਰੀਬ 7 ਦਿਨ ਪੂਰੇ ਹੋ ਚੁੱਕੇ ਨੇ। ਪੰਜਾਬ ਹਰਿਆਣਾ ਦੇ ਕਿਸਾਨ ਸਿੰਘੂ ਬਾਰਡਰ ਅਤੇ ਸ਼ੰਭੂ ਬਾਰਡਰ ਤੇ ਡਟੇ ਹੋਏ ਨੇ। ਇਸ ਦੌਰਾਨ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਨਾ ਸਿਰਫ ਸਖ਼ਤ ਬੈਰੀਗੇਟਿੰਗ ਕੀਤੀ ਗਈ ਹੈ, ਉੱਥੇ ਹੀ ਕਈ ਵਾਰ ਅਥਰੂ ਗੈਸ ਦੇ ਗੋਲਿਆਂ ਅਤੇ ਰਬੜ ਦੀਆਂ ਗੋਲੀਆਂ ਦੀ ਵਰਤੋਂ ਵੀ ਕੀਤੀ ਗਈ ਹੈ। ਹਾਲ ਹੀ ਦੇ ਵਿੱਚ ਅਦਾਕਾਰ ਗੈਵੀ ਚਾਹਲ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਕਿਸਾਨਾਂ ਦੇ ਹੱਕ 'ਚ ਆਵਾਜ਼ ਬੁਲੰਦ ਕਰਦੇ ਹੋਏ ਨਜ਼ਰ ਆਏ ਨੇ ਅਤੇ ਉਹਨਾਂ ਨੇ ਕਿਸਾਨ ਅੰਦੋਲਨ ਦਾ ਸਮਰਥਨ ਕੀਤਾ। ਗੈਵੀ ਚਾਹਲ ਨੇ ਇਸ ਪੋਸਟ ਨੂੰ ਸ਼ੇਅਰ ਕਰਦੇ ਲਿਖਿਆ, ਜਿੱਥੇ ਵੀ ਹਾਂ ਨਾਲ ਹਾਂ, ਹੈਸ਼ਟੈਗ ਸਪੋਰਟ ਫਾਰਮਰਸ, ਹੈਸ਼ਟੈਗ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ। ਗੈਵੀ ਚਾਹਲ ਵੱਲੋਂ ਸ਼ੇਅਰ ਕੀਤੀ ਗਈ ਇਸ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਅਦਾਕਾਰ ਨੇ ਨੀਲੇ ਰੰਗ ਦੀ ਟੀ ਸ਼ਰਟ ਅਤੇ ਜੀਨਸ ਪਹਿਨੀ ਹੋਈ ਹੈ। ਉਹਨਾਂ ਦੀ ਟੀ ਸ਼ਰਟ ਤੇ ਫਾਰਮਰ ਸਪੋਰਟ ਦਾ ਸਲੋਗਨ ਲੱਗਿਆ ਹੋਇਆ। ਵੀਡੀਓ ਵਿੱਚ ਗੈਵੀ ਚਾਹਲ ਕਿਸਾਨ ਅੰਦੋਲਨ ਦਾ ਸਮਰਥਨ ਕਰਦੇ ਹੋਏ ਕਹਿ ਰਹੇ ਹਨ, ਅੱਜ ਫਿਰ ਤੋਂ ਸਾਡੇ ਕਿਸਾਨ ਭੈਣ ਭਰਾ ਦਿੱਲੀ ਦੇ ਬਾਰਡਰਾਂ ਤੇ ਜੁਟੇ ਹਨ। ਸਾਡੇ ਕਿਸਾਨ ਵੀਰ ਆਪਣੀਆਂ ਮੰਗਾਂ ਨੂੰ ਲੈ ਕੇ ਬਾਰਡਰ ਅਤੇ ਧਰਨਿਆਂ ਤੇ ਬੈਠੇ ਹਨ। ਮੈਂ ਆਪਣੇ ਕੁਝ ਕਾਰਨਾਂ ਦੇ ਚਲਦੇ ਮੁੰਬਈ 'ਚ ਹਾਂ, ਇਸ ਲਈ ਉਹਨਾਂ ਕੋਲ ਨਹੀਂ ਪਹੁੰਚ ਸਕਿਆ, ਪਰ ਮੈਂ ਜਿੱਥੇ ਵੀ ਹਾਂ ਉਹਨਾਂ ਦੇ ਨਾਲ ਹਾਂ। ਮੈਂ ਆਪਣੇ ਭੈਣ ਭਰਾਵਾਂ ਨੂੰ ਜ਼ਰੂਰ ਜੁਆਇਨ ਕਰਾਂਗਾ, ਪਹਿਲਾਂ ਹੀ ਸੁੱਖ ਸ਼ਾਂਤੀ ਨਾਲ ਇਹ ਮੰਗਾਂ ਮੰਨ ਲਈਆਂ ਜਾਣ। ਇਸ ਦੌਰਾਨ ਗੈਵੀ ਚਾਹਲ ਨੇ ਪੰਜਾਬ ਵਾਸੀਆਂ ਕੋਲੋਂ ਖਾਸ ਤੌਰ ਤੇ ਕਿਸਾਨਾਂ ਦੇ ਹੱਕ 'ਚ ਸਮਰਥਨ ਕਰਨ ਦੀ ਅਪੀਲ ਕਰਦੇ ਹੋਏ ਗੈਵੀ ਚਾਹਲ ਨੇ ਕਿਹਾ ਕਿ ਆਪਣਾ ਪੰਜਾਬ ਆਪਣਾ ਪਰਿਵਾਰ ਹੈ, ਸਾਡਾ ਸਾਰਾ ਪੰਜਾਬ ਅਸੀਂ ਹੀ ਭੈਣ ਭਾਈ ਹਾਂ। ਜੇਕਰ ਸਾਡੇ 'ਚੋਂ ਕਿਸੇ ਤੇ ਵੀ ਕੋਈ ਵਿਪਤਾ ਆਉਂਦੀ ਹੈ ਤਾਂ ਸਾਨੂੰ ਸਭ ਨੂੰ ਇੱਕ ਹੋਣਾ ਚਾਹੀਦਾ, ਕਿਉਂਕਿ ਏਕਤਾ ਵਿੱਚ ਹੀ ਬਲ ਹੈ। ਮੈਂ ਆਪਣੇ ਭੈਣ ਭਰਾਵਾਂ ਨੂੰ ਵੀ ਅਪੀਲ ਕਰਦਾ ਹਾਂ ਕਿ ਜੇਕਰ ਕੋਈ ਵੀ ਕਿਸਾਨਾਂ ਦੇ ਹੱਕ 'ਚ ਆਵਾਜ਼ ਬੁਲੰਦ ਕਰਨ ਲਈ ਪਹੁੰਚੇ ਤਾਂ ਕਿਸੇ ਵੀ ਤਰ੍ਹਾਂ ਦਾ ਕੋਈ ਸਿਆਸੀ ਬਿਆਨ ਨਾ ਦਿੱਤਾ ਜਾਏ, ਕਿਉਂਕਿ ਜਿਹੜਾ ਤੁਸੀਂ ਕਿਸਾਨ ਅੰਦੋਲਨ 'ਚ ਜਾ ਰਹੇ ਹੋ ਤਾਂ ਮਹਿਜ਼ ਕਿਸਾਨ ਭਰਾਵਾਂ ਦੀ ਹੀ ਗੱਲ ਕਰੋ। ਵਿਰੋਧੀ ਧਿਰ ਕਈ ਤਰੀਕੇ ਨਾਲ ਏਕਤਾ ਤੋੜਨ ਦੀ ਕੋਸ਼ਿਸ਼ ਕਰਦੇ ਹਨ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਫਿਰ ਤੋਂ ਸਾਡੇ ਕਿਸਾਨੀ ਭੈਣ ਭਰਾ ਆਪਣੀਆਂ ਮੰਗਾਂ ਨੂੰ ਲੈ ਕੇ ਬਾਰਡਰ ਦੇ ਉੱਤੇ ਬੈਠੇ ਨੇ, ਧਰਨਿਆਂ ਦੇ ਉੱਤੇ ਬੈਠੇ ਨੇ। ਵਾਹਿਗੁਰੂ ਅੱਗੇ ਇਹੀ ਅਪੀਲ ਹੈ ਕਿ ਸਭ ਕੁਛ ਸੁੱਖ ਸ਼ਾਂਤੀ ਦੇ ਨਾਲ ਪੂਰਾ ਹੋ ਜਾਵੇ। ਅਤੇ ਮੈਂ ਆਪਣੇ ਕੁਛ ਇੱਕ ਕਾਰਨਾਂ ਕਰਕੇ ਹੁਣ ਇਸ ਟਾਈਮ ਮੁੰਬਈ ਹਾਂ ਜੀ, ਮੈਂ ਅਜੇ ਉੱਥੇ ਪਹੁੰਚ ਨਹੀਂ ਸਕਿਆ, ਨਹੀਂ ਤਾਂ ਮੈਂ ਡੈਫੀਨੇਟ ਜ਼ਰੂਰ ਜੁਆਇਨ ਕਰੂੰਗਾ ਆਪਣੇ ਭੈਣ ਭਰਾਵਾਂ ਨੂੰ। ਅਤੇ ਵਾਹਿਗੁਰੂ ਕਰੇ ਕਿ ਉਹ ਲੋੜ ਹੀ ਨਾ ਪਵੇ, ਅਸੀਂ ਪਹਿਲਾਂ ਹੀ ਸਾਡੀਆਂ ਜਿਹੜੀਆਂ ਮੰਗਾਂ ਸਾਡੇ ਕਿਸਾਨ ਭੈਣ ਭਰਾ ਉੱਥੇ ਲੈ ਕੇ ਗਏ ਨੇ, ਮੰਗਾਂ ਪੂਰੀਆਂ ਹੋ ਜਾਣ। ਜਿੱਥੇ ਵੀ ਆ ਨਾਲ ਆ ਜੀ, ਜੇ ਮੈਂ ਦੂਰ ਵੀ ਹੈਗਾ ਤਾਂ ਵੀ ਨਾਲ ਆ, ਅਤੇ ਹਰ ਇੱਕ ਭੈਣ ਭਰਾ ਨੂੰ ਇਹੀ ਅਪੀਲ ਹੈ ਕਿ ਆਪਣਾ ਪੰਜਾਬ ਆਪਣਾ ਪਰਿਵਾਰ ਹੈ, ਅਤੇ ਜਦੋਂ ਕੋਈ ਵਿਪਤਾ ਪੈਂਦੀ ਆ, ਕੋਈ ਮੁਸੀਬਤ ਦੇ ਵਿੱਚ ਆਉਂਦਾ ਤਾਂ ਫਰਜ਼ ਹੁੰਦਾ ਕਿ ਸਾਰੇ ਪਰਿਵਾਰ ਦੇ ਮੈਂਬਰ ਇਕੱਠੇ ਹੋਣ, ਏਕਤਾ ਦੇ ਵਿੱਚ ਬਲ ਹੈ, ਤਾਂ ਸਾਰੇ ਜਾਣੇ ਆਪਾਂ ਮਿਲ ਕੇ ਜਿੱਥੇ ਵੀ ਹਾਂ ਸਾਥ ਦੇਈਏ, ਆਪਣੀ ਇਸ ਮੁਹਿੰਮ ਨੂੰ ਹੋਰ ਤਕੜਾ ਕਰੀਏ। ਅਤੇ ਇੱਕ ਸਾਰੇ ਭੈਣ ਭਰਾਵਾਂ ਅੱਗੇ ਸਾਰਿਆਂ ਅੱਗੇ ਇੱਕ ਹੱਥ ਜੋੜ ਕੇ ਬੇਨਤੀ ਹੈ ਕਿ ਆਪਾਂ ਕੋਸ਼ਿਸ਼ ਕਰੀਏ ਕਿ ਕਿਸੇ ਵੀ ਤਰੀਕੇ ਦਾ ਕੋਈ ਰਾਜਨੀਤਿਕ ਬਿਆਨ ਨਾ ਦਈਏ, ਕਿਉਂਕਿ ਆਪਾਂ ਉੱਥੇ ਆਪਣੀਆਂ ਮੰਗਾਂ ਨੂੰ ਪੂਰੀਆਂ ਕਰਨ ਦੇ ਲਈ ਜਿਹੜੀਆਂ ਕਿਸਾਨੀ ਆਪਣੇ ਬਿੱਲਾਂ ਦੇ ਨਾਲ ਸੰਬੰਧਿਤ ਨੇ, ਉਹਨਾਂ ਦੇ ਲਈ ਆਪਾਂ ਉੱਥੇ ਇਕੱਠੇ ਹੋ ਰਹੇ ਹਾਂ। ਸੋ ਸਿਰਫ ਉਹਦੀ ਗੱਲ ਕੀਤੀ ਜਾਵੇ, ਕਿਉਂਕਿ ਤੁਹਾਨੂੰ ਬਹਾਨੇ ਸਿਰ ਤੁਹਾਡੇ ਮੂੰਹ ਤੋਂ ਕੋਈ ਗੱਲ ਕਢਵਾਉਣ ਦੀ ਕੋਸ਼ਿਸ਼ ਕੀਤੀ ਜਾਊਗੀ। ਸੋ ਕਿਉਂਕਿ ਵਿਰੋਧੀ ਪਾਰਟੀਆਂ ਬਹੁਤ ਹੁੰਦੀਆਂ, ਵਿਰੋਧੀ ਧੜੇ ਬੰਦੀਆਂ, ਕਿਉਂਕਿ ਏਕਤਾ ਨੂੰ ਤੋੜਨਾ ਇੱਦਾਂ ਹੀ